ਗ੍ਰਾਫ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਲੱਗਿਆ ਜੀ ਆਪਾਂ ਕਣਕ ਬੀਜਣ ਉਹਦੇ ਆਪਾਂ ਛੇਕਣ ਵਾਲਾ ਬੀਜੀਆਂ ਸੀਗੀਆਂ ਜੀ ਅਤੇ ਦੂਸਰੀ ਜ਼ਮੀਨ ਆਪਣੀ ਗਿੱਲੀ ਸੀਗੀ ਅੱਜ ਆ ਗਈ ਬੱਤਰ ਜੀ ਅੱਜ 11 ਨਵੰਬਰ ਹੈ ਅਤੇ ਭਰਦੇ ਹਾਂ ਜੌਂਡੀਅਰ ਦਾ ਟੈਂਕ ਜੀ ਨਾਲੇ ਕੱਢਾਂਗੇ ਐਵਰੇਜ ਜੌਂਡੀਅਰ ਦੀ ਕਿੰਨਾ ਖਾਂਦਾ ਤੇਲ ਕਿੱਲੇ ਦਾ ਅਤੇ ਸੋਨਾ ਲੀਕਾ ਆਪਣਾ ਲਾਇਆ ਖੜਾ ਜੀ ਅੰਦਰ ਛੱਡ ਦੇ ਸ਼ੇਰਾ ਨਹੀਂ ਲੱਗ ਗਿਆ ਪਤਾ ਬਸ ਬਸ ਤੂੰ ਆਹੋ ਹਟ ਪੈ ਫੜਾ ਚੱਲ ਲਿਆ ਪਾਈ ਫੜਾ ਪਾਈ ਕਮਾ ਦੇ ਭਰ ਦੇ ਮਿੰਟ 15 ਹੀ ਲਾਈ ਬਸ ਆਦੇ ਗੋਰਾ ਤੇ ਕੋਟ ਕਾਟ ਪਾਈ ਖੜਾ ਵਿਹਲਾ ਹੈਗਾ ਜ਼ਮੀਨ ਲਾਈ ਹੈ ਠੇਕੇ ਨਾ ਇਹਨੂੰ ਬੀਜਣ ਦਾ ਫਿਕਰ ਹੈ ਨਾ ਵਾਹੁਣ ਦਾ ਫਿਕਰ ਹੈ ਕੋਈ ਨਾ ਤੂੰ ਸਾਰਾ ਦਿਨ ਹੀ ਨਹੀਂ ਮਤਲਬ ਹਫ਼ਤਾ ਨਾ ਹੁੰਦਾ ਹੁਣ ਤਾਂ ਠੰਡ ਠੰਡ ਆ ਗਈ ਨਾ ਕੋਟ ਲਾਇਆ ਇਹਨੂੰ ਅੱਛਾ ਯਾਰ ਅੱਜ ਕਣਕ ਬੀਜਣੀ ਸੀ ਕਾਲਾ ਚੱਲਿਆ ਬਠਿੰਡੇ ਕਹਿੰਦਾ ਮੈਂ ਤਾਂ ਬਠਿੰਡੇ ਜਾ ਕੇ ਆਉਣਾਗਾ ਅੱਗੇ ਗੋਰਾ ਰੋਜ਼ ਬਠਿੰਡੇ ਉੱਡ ਜਾਂਦਾ ਸੀਗਾ ਬਠਿੰਡੇ ਤੇ ਕਾਲਾ ਤਾਂ ਅੱਜ ਹੀ ਚੱਲਿਆ ਗਾ ਕੰਮ ਹੋ ਗਿਆ ਇਹਨੂੰ ਅੱਜ ਕੱਲ ਕਾਹਨੂੰ ਆਪਣਾ ਗੁਰਮੀਤ ਨੀ ਆਪਣਾ ਗੁਰਮੀਤ ਨੀ ਗਾ ਉਹਦੇ ਨਾਲ ਚੱਲਿਆ ਅੱਜ ਬਸ 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 ਭਰ ਗਿਆ ਬਹੁਤ ਬੈ ਖਿੱਚ ਲਾ ਲਓ ਜੀ ਦੋਸਤੋ ਟੈਂਕ ਲਿਆ ਆਪਾਂ ਭਰ ਅਤੇ ਅੱਜ ਚਲਾਉਣੇ ਜੀ ਸਾਰਾ ਦਿਨ ਜੌਂਡੀਅਰ ਦੇਖਦੇ ਹਾਂ ਜੀ ਕਿੰਨੇ ਕਿੱਲੇ ਬੀਜਦਾ ਹੈਗਾ ਲੈ ਪਾਈਪ ਉੱਪਰ ਰੱਖ ਦੀ ਕਾਲਾ ਤਾਂ ਛਡਾ ਗਿਆ ਅੱਜ ਖੜਾ ਲਓ ਜੀ ਆਪਾਂ ਤੇਲ ਦੇਖ ਗਏ ਜੀ ਗੇਜ ਲਾ ਕੇ ਕਿੰਨਾ ਹੋ ਗਿਆ ਟੈਂਕ 'ਚ ਲਓ ਜੀ ਦੋਸਤੋ 65 ਲੀਟਰ ਤੇਲ ਹੋ ਗਿਆ ਇਹਦੇ 'ਚ ਜੀ ਹੁਣ ਪੂਰਾ 65 ਲੀਟਰ ਤੇਲ ਹੈ ਜੀ ਅਤੇ ਦੇਖਦੇ ਜੀ ਅੱਜ ਕਿੰਨਾ ਖਾਂਦਾ ਜੀ ਘੰਟੇ ਦਾ ਚੱਲ ਵੀ ਮਿੱਤਰ ਆ ਜਾ ਧਰ DAP ਕਣਕ ਧਰ ਲਈ ਸਿੱਪੇ 10 ਘੰਟੇ ਧਰ ਲਏ ਚੱਲ DAP ਧਰ ਲਾ ਚੱਕ ਲਿਆ ਚਕਾਵਾਂ ਮੈਂ ਲਵਾ ਦੇਣਾ ਹੱਥ ਯਾਰ ਫਿਰ ਸ਼ਾਬਾਸ਼ ਸੈੱਲ ਪੂਰੇ ਹੋ ਗਏ ਨਾ ਉਹ ਸਿੱਪੇ ਲੱਗਦਾ ਜ਼ੋਰ ਵੱਧ ਗਿਆ ਪਹਿਲਾਂ ਨਾਲੋਂ ਰੇੜਾ ਕੋਲੇ ਕਰ ਲੈਣਾ ਸੀ ਯਾਰ ਉਹ ਰੇੜਾ ਕੋਲੇ ਕਰ ਲਾ ਆਸ਼ੇ ਮਗਰ ਪਾ ਲਾ ਪਹਿਲਾਂ ਕੁਛ ਵਿੱਚ ਪਈ ਆ ਕਣ ਆਪਣਾ ਪਈ ਆ ਕੁਛ ਪਹਿਲਾਂ ਹਨਾ ਵਿੱਚ ਯੂਰੀ ਆਪਣੀ DAP ਜੂਰ ਗਈ ਆ ਜਾਂਦੀ ਆ ਯੂਰੀਆ ਪਾਪਾ ਪਸੰਦ ਆ ਉਹ ਜੜ ਗਈ ਮੂੰਹ ਤੇ ਜੂਰ ਗਈ ਯੂਰੀਆ ਇੱਕ ਘੱਟੇ ਹੋਰ ਧਰਨਾ ਚੱਲ ਧਰ ਲਾ ਫਿਰ ਇੱਥੇ ਪਏ ਧਰ ਲਾ ਆਸ਼ੇ ਦੇ ਮਾਰ ਸੈਲਫ ਆਪਣੇ ਫਿਰ ਚੱਲ ਗਈ ਮਾਰ ਸੈਲਫ ਮਿੱਤਰਾ ਚੱਲ ਗਏ ਮੋਟਰਸਾਈਕਲ ਅੱਗੇ ਕਰ ਦੇਣਾ ਸੀ ਯਾਰ
ਚੱਲ 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 ਜਾਣ ਦੇ ਜਾਣ ਦੇ जी दोस्तों पहुंच गए जी अपना खेत अज आप दूसरी साइड तो लगा जी कणक बीजना इतों तक आ जाएंगे अच्छे बीज से बीज से बाकी देखते हैं जी कि बीजी का अज हाँ जी अज तक धुप भी सोहनी निकली है जी कई दिन हो गए धुप नहीं निकल रही थी अज विखाने जी थोनू लिंका वढ़े तो कि ट्रैक्टर खड़ा होंगे अगों बाकी तुसी अपनी पहला वीडियो देखी है लिंका वढ़ने वाली जॉन्डियर दी लिंका आप छोटिया करती जी अज थोनू टैंक भर के विखाने गए ये ना बहुत फर्क पै गया जी पहला आप जो कोई वट वुट तो टपाते ना जॉन्डियर बहुत खड़ा होंगे कोई तो हूँ कोई ज़्यादा खड़ा नहीं होंगे गा मबूली जहा खड़ा होके तो वट टप जाता गा भर दें जी हम आप टैंक का अच्छा अपना पहुँच गया इधर बंद कर ला बंद कर दे खोल कटे हा पाला हाँ एक बार खाली कर दे हाँ जी दोस्तों गट्टा गट्टा जी पाता जी आप गट्टा डीएपी का गट्टा कणक का चलाउणी है जी अपने किले किले के डब्बर बनाए हुए ने एक किला बीज के आप देखते कि तेल खा लिया जॉन्डियर ने विखावी सूनू हाँ जी दोस्तों 8:30 हो गए जी मार दें जी आप सैल्फ
तो पहले आपां लेकां वड्डियां नहीं सी आ डिग पैंदा ट्रैक्टर ते बहुत ज़्यादा खड़ा हो के डबदा सी आ ते हुण देखो जी मौज नाल ही इन्नी भी लिफ्टिंग करदा वा ट्रैक्टर ते मौज नाल ही बाहर आ जांदा जी लेकां वड्डण दा इन्ना फायदा हो गया जी आ टोआ बनता ना जी इत्थे टायर डिग पैंदे आ गए ते पहले बहुत ज़्यादा लिफ्टिंग करता सी आ हाँ जी दोस्तों एक किला बीजता जी आप साढ़े अठ स्टार्ट किया जी आप सिकंदर चक्की फिर गए कहना मैं तो तेल मीणू मीणू कहता हटता नहीं दस बज गए जी तो दस मिनट हो गए होना इस टाइम चलो उसे आप खड़ भी गए थे दो चार मिनट तो बीबू पाउन लगे डेढ़ घंटे तो मन के चलो जी उपर ही चल गया दस मिनट उपर चल गए डेढ़ घंटे तो ना साफ है ना गेज जमा साफ है भी बारी साफ करती ताँ लग गई पचवंजा ते छपन सतवंजा लीटर दे रह गया जी इहदे विच ते सवेरे सीगे जी इहदे विच 65 लीटर तेल किन्ना खा गया सिकंदर 5 6 7 8 लीटर खा गया किले दा लो जी दोस्तों किले दा 8 लीटर तेल खा गया जी जोड़ कढ़ता जमा जोड़ कढ़ता जी अज क्योंकि डेढ़ घंटे तो उपर चल गए ट्रैक्टर किले दे विच ते किले दा घंटे दा मान के चलो भी 5 लीटर किले दा आ गया घंटे दा आ गया सॉरी 5 लीटर घंटे दा खा गया जी ਜੀ 5 ਲੀਟਰ ਘੰਟੇ ਦਾ ਖਾਦਾ ਜੀ 5 ਲੀਟਰ ਤਾਂ ਸਹੀ ਆ ਜੀ ਟਰੈਕਟਰ ਨੂੰ 5 ਲੀਟਰ ਦਾ ਐਵਰੇਜ ਪਾਉਂਦਾ ਜੀ ਪਾਉਂਦਾ ਜੀ ਘੰਟੇ ਦੀ ਟਰੈਕਟਰ ਕੋਈ ਵੀ ਟਰੈਕਟਰ ਹੈਗਾ ਤੇ ਰੋਟੀ ਆ ਗਈ ਆਪਣੀ ਹੁਣ ਖਾਣੇ ਜੀ ਰੋਟੀ ਲੈ ਸਿਕੰਦਰ ਕੁਰਸੀ ਕਰਸੀ ਲਾ ਓਏ ਬਾਹਰ ਆ ਵੱਧ ਗਏ ਸੀ ਓਏ ਕਿਹੜੇ ਵੀ ਬਚ ਕੇ ਹੋ ਗਏ ਬੁਲਾਵਾਂਗੇ ਲਾਓ ਨਾ ਯਾਰ ਲਾਵਾਂਗੇ ਯਾਰ ਸਬਜ਼ੀ ਨੂੰ ਪਾਣੀ ਨਹੀਂ ਲੱਗਿਆ ਲਾ ਸਾਨੂੰ ਗਰਾਇਆ ਆਪਣਾ ਓਏ ਮੂਲੀਆਂ ਤਾਂ ਵਾਧੂ ਨੇ ਮੂਲੀਆਂ ਤਾਂ ਘਰ ਕੋਲੇ ਵਾਧੂ ਹੋ ਰਹੀਆਂ ਨੇ ਆਹ ਲਾ ਦਈਏ ਆਪਾਂ ਸਬਜ਼ੀ ਇੱਥੇ ਇੱਧਰ ਗੰਢੇ ਲਾਵਾਂਗੇ ਜੀ ਗੰਢਿਆਂ ਵਾਸਤੇ ਥਾਂ ਰੱਖ ਲਿਆ ਲਸਣ ਉੱਗਰ ਆਇਆ ਇਹ ਇੱਥੇ ਉਹ ਲਾਇਆ ਗੰਢੇ ਦਾ ਕਣ ਜਿਹਾ ਲਾਇਆ ਉੱਪਰ ਇਹਦੇ ਉੱਧਰ ਗਾਜਰਾਂ ਤੇ ਮੂਲੀਆਂ ਜੀ ਆਹ ਆਪਣੀਆਂ ਮੂਲੀਆਂ ਹੋ ਗਈਆਂ ਮੂਲੀ ਮੂਲੇ ਹੋ ਗਏ ਕੱਲਾ ਕੱਲਾ ਵੀ ਉੱਗਰ ਜਾਵਾਂ ਹਨਾ ਓਏ ਰਾਤ ਨੂੰ ਲਾਈਆਂ ਸਿਕੰਦਰ ਆਪਣੀ ਜਮਾ ਕੱਲਾ ਕੱਲਾ ਵੀ ਉਗਰਿਆ ਥੁੱਕ ਦੇ ਨਜ਼ਰ ਲੱਗੂ ਤੇਰੀ ਕੰਜਰਾ ਚੱਲ ਆ ਰੋਟੀ ਖਾਂਦੇ ਆਪਾਂ ਛੇਤੀ ਖਾ ਲਓ ਰੋਟੀ ਆ ਤੇ ਕਾਹਲੀ ਬਹੁਤ ਆਪਾਂ ਨੂੰ ਛੇਤੀ ਛੇਤੀ ਬੀਜਣੀ ਆ ਕਣਕ ਸ਼ੇਰ ਗਿੱਲ ਮੇਰੇ ਖਿਆਲ ਕਹੀ ਜਾਂਦਾ ਕਹਿੰਦਾ 15 ਨਵੰਬਰ ਤੋਂ ਪਹਿਲਾਂ ਪਹਿਲਾਂ ਕੰਮ ਨਿਬੇੜ ਦਿਓ ਹੋਰ ਉਹ ਕਹਿੰਦਾ ਬਈ 303 ਕਣਕ ਬੀਜਣੀ ਤਾਂ 15 ਨਵੰਬਰ ਤੋਂ ਪਹਿਲਾਂ ਬੀਜ ਦੋ ਕਹਿੰਦਾ ਆਪਾਂ 303 ਬੀਜੀ ਜਾਂਦੇ ਹੁਣ 303 ਤਾਂ ਲੈ ਰੋਟੀ ਤਾਂ ਕੱਢੋ ਯਾਰ ਖਾਈਏ ਮੇਜ਼ ਤਾਂ ਲਾ ਲਾ ਮੇਜ਼ ਲਿਆਣਾ ਬਾਹਰ ਚੱਕ ਕੇ ਅੰਦਰ ਯਾਰ ਰੋਟੀ ਤਾਂ ਚੱਜ ਨਾਲ ਖਾ ਲਓ ਭੁੱਖ ਲੱਗ ਰਹੀ ਯਾਰ ਭੈਣ ਟਾਈਮ ਕੀ ਹੋ ਗਿਆ ਸ਼ੇਅਰ ਗੱਲ ਮੇਰੇ ਖਾਈ ਡੇਲੀ 2-3 ਦਿਨਾਂ ਤੋਂ ਵੀਡੀਓ ਪਾ ਆਉਂਦਾ ਹੈਗਾ ਉਹ ਪਤੰਦਰ ਮੈਨੂੰ ਉਹ ਤੋਂ ਡਰ ਲੱਗਦਾ ਉਹ ਵਾਲਿਆਂ ਗਾਲਾਂ ਦਿੰਦਾ ਹੈਗਾ ਕਹਿੰਦਾ ਤੁਸੀਂ ਢੱਲੇ ਚੱਲਦੇ ਹੋਗੇ ਲਾ ਚੈਨ ਲਾ ਰੋਟੀ ਸਾਜੀ ਤੇਰੀ ਪਾਲਾ ਸਾਜੀ ਸੁਤੀ ਪਾ ਆਹ ਤੇਰੀ ਆ ਮੇਰੀ ਕਿਉਂ ਆਪ ਦੀ ਅੱਡ ਲੈ ਤੂੰ ਰੋਟੀ ਹੈ ਰੋਟੀ ਆਪ ਦੀ ਅੱਡ ਲੈ ਮੱਟ ਦਾ ਕਿਉਂ ਲੈ ਲੈ ਵੀ ਲੈ ਦੋਸਤ ਟੂਟ ਪੜੋ ਆ ਜਾਓ ਜੀ ਖਾਈ ਕੇ ਰੋਟੀ ਤੇ ਫਿਰ ਬੀਜ ਦੇ ਆਪਾਂ ਕਣਕ ਕੋਈ ਨਹੀਂ ਲਾ ਕੇ ਲੈ ਦੁੱਧ ਵਾਲੀ ਓਏ ਇੱਚ ਪਾ ਕੇ ਇਹਨੂੰ ਧਰ ਦਾਂਗੇ ਕਿਥਾਂ ਯਾਰ ਦੁੱਧ ਨੂੰ ਪਾਉਂਦਾ ਵੀਰਾ ਪਹਿਲਾਂ ਹੀ ਹੋਵੇ ਜਿਆਦਾ ਕਾਲੀ ਕਰਦਾ ਥੋੜੀ ਜਿਹੀ ਲੈ ਕਲਾ ਤਾਂ ਦੁਬਾਰੇ ਕੰਮ ਕਾਲ ਜਿੱਤੇ ਲਾ ਦੇ ਇਹ ਚਾਬੀ ਕਿੱਥੇ ਆ ਹਾਂ ਕਿਵੇਂ ਪੜਦ ਗਏ
ਪੰਜਾਹ ਗ੍ਰਾਮ ਪਾਉਣੀ ਹੈ ਨਾ ਲੀਟਰ ਕਿੱਧਰ ਗਿਆ ਹਾਂ ਪਿਆ ਦੋ ਲੀਟਰ ਪਾਣੀ ਚ ਘੋਲ ਕੇ ਤੇ ਘੋਲ ਬਣਾ ਕੇ ਤੇ ਉੱਤੇ ਕਰ ਦਿਆਂਗੇ ਨਾ ਕੰਮ ਆਹ ਕੁੱਪੀ ਚੱਕਣੀ ਚੰਗਾ ਨਿਬੜ ਗਿਆ ਕੰਮ ਇਹ ਤਾਂ ਇਹਨੂੰ ਤਾਂ ਸੁੱਟ ਦੇ ਚੱਕ ਲੈ ਸਾਰੇ ਗੱਡੇ ਚੱਕ ਲੈ ਚਾਰੇ ਚਾਰੇ ਗੱਡੇ ਚੱਕ ਕੇ ਹਾਂ ਹਾਂਜੀ ਦੋਸਤੋ ਚੱਲਿਆ ਜੀ ਹੁਣ ਆਪਾਂ ਘਰ ਨੂੰ ਅਤੇ ਕਣਕ ਬੀਜਤੀ ਜੀ ਆਪਾਂ ਜਿੰਨਾ ਅੱਜ ਬੀਜ ਲੈ ਕੇ ਆਏ ਸੀਗੇ ਘਰੋਂ ਬੀਜ ਆਪਾਂ ਸਾਰਾ ਬੀਜਤਾ ਜੀ ਅਤੇ ਡੀ ਏ ਪੀ ਹੁਣ ਮੁੱਕ ਚੱਲੀ ਆਪਣੇ ਕੋਲ ਨਾ ਦੇਖੋ ਜੀ ਡੀ ਏ ਪੀ ਮੁੱਕ ਗਈ ਆਪਣੇ ਕੋਲ ਅਤੇ ਬੀਜ ਰਹਿ ਗਿਆ ਬਸ ਹੋਰ ਵੀ ਸਿਕੰਦਰ ਫਿਰ ਕਿਵੇਂ ਨਜ਼ਾਰਾ ਇਹਦੇ ਨਾਲ ਬੀਜਣ ਦਾ ਕਿ ਮਸ਼ੀਨ ਨਾਲ ਬੀਜਣ ਦਾ ਨਜ਼ਾਰਾ ਹੈਗਾ ਨਜ਼ਾਰਾ ਨਜ਼ਾਰਾ ਹੈ ਨਾ ਬੀਜਣ ਦਾ ਠੀਕ ਹੈ ਜੀ ਦੋਸਤੋ ਸਾਡੀ ਵੀਡੀਓ ਦੇਖਣ ਲਈ ਧੰਨਵਾਦ ਜੀ ਤੁਹਾਡਾ ਤੇ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਵੀਰ ਤੇ ਲਾਈਕ ਕਰਿਓ ਜੀ ਮਿਲਦੇ ਹਾਂ ਜੀ ਫਿਰ ਹੋਰ ਕਿਸੇ ਨਵੀਂ ਵੀਡੀਓ ਨਾਲ ਆਪਾਂ